ਬਿਆਸ ਦਰਿਆ ਦੇ ਪਾਣੀ ਵਿੱਚ ਜ਼ਹਿਰੀਲਾ ਕੈਮੀਕਲ ਮਿਲਣ ਕਾਰਨ ਮੱਛੀਆਂ ਦੀ ਮੌਤ ਹੋਈ ਸੀ। ਬਿਆਸ ਤੋਂ ਦਰਿਆ ਵਗਦਾ ਹੈ ਹਰੀਕੇ ਵੱਲ ਪਹੁੰਚਦਾ ਹੈ ਅਤੇ ਹਰੀਕੇ ਦੇ ਕੋਲ ਲੱਗਦੇ ਪਿੰਡ ਕਰਮਾਊ ਵਾਲਾ ਕੀੜੀਆ ਮਾਰਾਰੜ ਦੇ ਕੋਲ ਪਾਣੀ ਦਾ ਰੰਗ ਬਦਲ ਗਿਆ ਹੈ ਅਤੇ ਉੱਥੇ ਵੀ ਮੱਛੀਆਂ ਮਰੀਆਂ ਹੋਈਆਂ ਪਾਈਆਂ ਗਈਆਂ ਹਨ। ਹਰੀਕੇ ਬਰਡ ਸੈਂਚੁਰੀ ਵਿਭਾਗ ਦੇ ਅਧਿਕਾਰੀ ਗੁਰਮੀਤ ਸਿੰਘ ਮਰੀ ਹੋਈ ਮੱਛੀ ਨੂੰ ਚੈੱਕਅਪ ਕਰਾਉਣ ਲਈ ਤਰਨ ਤਾਰਨ ਵੈਟਰੀ ਹਸਪਤਾਲ 'ਚ ਲੈ ਕੇ ਗਏ। ਤੁਸੀਂ ਵੀਡੀਓ ਜ਼ਰੀਏ ਦੇਖ ਸਕਦੇ ਹੋ ਕਿ ਮੱਛੀ ਮਰੀ ਹੋਈ ਹੈ ਪਰ ਉਸਦੇ ਉੱਪਰ ਕੋਈ ਵੀ ਜ਼ਖਮ ਦਾ ਨਿਸ਼ਾਨ ਨਹੀਂ ਹੈ ਬਲਕਿ ਅੰਦਰ ਕੋਈ ਜ਼ਹਿਰੀਲੀ ਚੀਜ਼ ਗਈ ਹੈ ਜਿਸ ਨਾਲ ਉਸਦੀ ਮੌਤ ਹੋਈ ਹੈ। ਇਹ ਜੋ ਦਰਿਆ ਹੈ ਇਸ ਦਰਿਆ ਦਾ ਪਾਣੀ ਫਿਰੋਜ਼ਪੁਰ ਰਾਜਸਥਾਨ ਨੂੰ ਜਾਂਦਾ ਹੈ। ਰਾਜਸਥਾਨ ਵਾਲੇ ਪਾਣੀ ਪੀਂਦੇ ਹਨ, ਉਹ ਸਾਵਧਾਨ ਹੋ ਜਾਣ ਕਿਉਂਕਿ ਕੈਮੀਕਲ ਪੈਣ ਨਾਲ ਪਾਣੀ ਜ਼ਹਿਰੀਲਾ ਹੋ ਗਿਆ ਹੈ। ਗੁਰਮੀਤ ਸਿੰਘ ਨੇ ਕਿਹਾ ਕਿ ਮੱਛੀ ਮਰੀ ਹੋਈ ਮਿਲੀ ਹੈ, ਇਸ ਦੇ ਉੱਪਰ ਕੋਈ ਜ਼ਖਮ ਦਾ ਨਿਸ਼ਾਨ ਨਹੀਂ ਹੈ, ਇਸ ਦੇ ਅੰਦਰ ਕੋਈ ਜ਼ਹਿਰੀਲੀ ਚੀਜ਼ ਗਈ ਹੈ ਜਿਸ ਕਾਰਨ ਇਸ ਦੀ ਮੌਤ ਹੋ ਗਈ। ਮੈਂ ਗੁਰਮੀਤ ਸਿੰਘ, ਫੋਰੈਸਟ ਡਿਪਾਰਟਮੈਂਟ ਤੋਂ ਵਾਈਲਡ ਲਾਈਫ ਸੈਂਚੁਰੀ ਤੋਂ। ਇਹ ਜੀ ਬਿਆਸ ਦਰਿਆ ਦੇ ਵਿੱਚ ਕਿਸੇ ਨੇ ਮੱਛੀਆਂ ਮਰੀਆਂ ਪਾਈਆਂ ਗਈਆਂ, ਉਹਦੇ ਪੋਸਟਮਾਰਟਮ ਲਈ ਅੱਜ ਅਸੀਂ ਇੱਥੇ ਆਏ ਸੀ ਸਵੇਰ ਦੇ, ਅਤੇ ਇੱਥੋਂ ਸੀਨੀਅਰ ਵੈਟਰਨਰੀ ਆਫਿਸਰ ਸੁਖਦੇਵ ਸਿੰਘ ਜੀ ਹੈਗੇ, ਡਾਕਟਰ ਸੁਖਦੇਵ ਸਿੰਘ, ਉਹਨਾਂ ਨੇ 3 ਮੈਂਬਰੀ ਕਮੇਟੀ ਬਣਾਈ ਸੀ ਵੈਟਰਨਰੀ ਆਫਿਸਰ ਦੀ, ਅਤੇ ਉਹਨਾਂ ਨੇ ਹੁਣ ਆ ਕੇ ਡਿਸਕਸ ਕਰਕੇ ਹੁਣ ਸਾਨੂੰ ਦੱਸਿਆ ਹੈ ਕਿ ਜਿਹੜਾ ਇਹਦਾ ਪੋਸਟਮਾਰਟਮ ਹੈ ਉਹ ਸਾਡੇ ਡਿਪਾਰਟਮੈਂਟ ਵੱਲੋਂ ਨਹੀਂ ਕੀਤਾ ਜਾ ਸਕਦਾ, ਇਹਦਾ ਜਿਹੜਾ ਪੋਸਟਮਾਰਟਮ ਆ ਉਹ ਫਿਸ਼ਰੀ ਡਿਪਾਰਟਮੈਂਟ ਕਰੇਗਾ। ਅਤੇ ਹੁਣ ਇਹਨਾਂ ਸਾਨੂੰ ਇੱਕ ਰਿਪੋਰਟ ਕਰਤੀ ਹੈ ਵਾਪਸ, ਰਿਪੋਰਟ ਕਰਤੀ ਹੈ ਵਾਪਸ, ਜਿਹਦੇ ਉੱਤੇ ਲਿਖਿਆ ਗਿਆ ਹੈ ਕਿ ਇਹ ਫਿਸ਼ਰੀ ਡਿਪਾਰਟਮੈਂਟ ਨਾਲ ਤਾਲਮੇਲ ਕੀਤਾ ਜਾਵੇ। ਤੋ ਇਸ ਸੰਬੰਧੀ ਹੁਣ ਅਸੀਂ ਫਰਦਰ ਫਿਸ਼ਰੀ ਡਿਪਾਰਟਮੈਂਟ ਨਾਲ ਤਾਲਮੇਲ ਕਰਾਂਗੇ ਅਤੇ ਤਾਂ ਕਿ ਇਹਦੇ ਮੱਛੀ ਦੇ ਮਰਨ ਦੇ ਕਾਰਨ ਦਾ ਪਤਾ ਲੱਗ ਸਕੇ। ਕਾਰਨ ਦੇਖੋ ਜੀ, ਮੇਨ ਬਾਹਰੀ ਕੋਈ ਦੇਖਿਆ ਜਾਵੇ ਨਾ, ਉਹਨੂੰ ਬਾਹਰੀ ਕੋਈ ਪ੍ਰੋਬਲਮ ਨਹੀਂ, ਐਕਸਟਰਨਲ ਐਗਜ਼ਾਮੀਨੇਸ਼ਨ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਬਿਲਕੁਲ ਮੱਛੀ ਬਿਲਕੁਲ ਸਹੀ ਹੈ, ਅਤੇ ਅੰਦਰੋਂ ਹੀ ਹੁਣ ਕਹਿ ਸਕਦੇ ਹਾਂ ਕਿ ਇਹ ਤਾਂ ਹੁਣ ਅਬਜ਼ਰਵੇਸ਼ਨ ਕਰਨ 'ਤੇ ਹੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਇਸ ਬਾਰੇ ਆਪਾਂ ਤਾਂ ਇਹਨੂੰ ਬਾਰੇ ਕੁਛ ਨਹੀਂ ਕਹਿ ਸਕਦੇ। ਹੋ ਸਕਦਾ ਜੀ ਮੇਨ ਕਾਰਨ ਉਹ ਵੀ ਹੋ ਸਕਦਾ ਹੈ, ਕਿਉਂਕਿ ਕੈਮੀਕਲ ਆਖਿਰਕਾਰ ਨੁਕਸਾਨਦਾਇਕ ਹੀ ਹੁੰਦੇ ਆ ਜੀ। ਕਿੱਥੋਂ ਤੱਕ ਸਰ ਪਹੁੰਚ ਗਿਆ ਕੈਮੀਕਲ ਇਹ ਹੁਣ ਗੜੀ ਰਾਜਸਥਾਨ 'ਚ ਪਾਣੀ ਪੀਂਦੇ ਆ? ਇਹ ਤਾਂ ਕੱਲ੍ਹ ਦੇ ਕੱਲ੍ਹ ਤੱਕ ਤਾਂ ਵੇਖੋ ਜੀ ਕਰਮੂ ਵਾਲਿਆਂ ਤੱਕ ਦੇਖਿਆ ਜਾ ਰਿਹਾ ਸੀ ਕੱਲ੍ਹ ਰਾਤ ਤੱਕ, ਅਤੇ ਮੋਰਨਿੰਗ ਹੁਣ ਅਸੀਂ ਉਹ ਇਸ ਨਾਲ ਪੱਧਰ ਕਾਰਵਾਈ ਸੰਬੰਧੀ ਤੁਰੇ ਕਰ ਰਹੇ ਹਾਂ ਜੀ। ਸਰ ਇਹ ਦਰਿਆ ਦਾ ਹਰੀਕੇ ਜਿਹੜਾ ਬਿਆਸ ਦਾ ਅਤੇ ਸਤਲੁਜ ਦਾ ਦਰਿਆ ਦਾ ਪਾਣੀ ਹੈ, ਇਹ ਕਿਸ ਪਾਸੇ ਗਾੜੀ ਨਿਕਲਦਾ ਜੀ? ਉਹ ਫਰਦਰ ਕਨਾਲ 'ਚ ਡਿਵਾਈਡ ਹੋ ਜਾਂਦਾ ਜੀ, ਮੇਨ ਸਰਹੰਦ ਕਨਾਲ ਜਿਹੜੀ ਫਿਰੋਜ਼ਪੁਰ ਨੂੰ ਜਾਂਦੀ ਹੈ ਅਤੇ ਰਾਜਸਥਾਨ ਫੀਡਰ ਜੋ ਰਾਜਸਥਾਨ ਨੂੰ ਜਾਂਦੀ ਹੈ। ਸਰ ਖਤਰਾ ਹੈਗਾ ਫਿਰ ਜੇ ਲੋਕ ਪਾਣੀ ਪੀਂਦੇ ਆ ਤਾਂ? ਫਿਰ ਜੀ ਹਜੇ ਤੱਕ ਤਾਂ ਜਿਹੜਾ ਮੇਨ ਸਾਰਿਆਂ ਜਿੰਨੇ ਵੀ ਜ਼ਿਲ੍ਹੇ ਨਾਲ ਨਾਲ ਲੱਗਦੇ ਬਿਆਸ ਦਰਿਆ ਦੇ, ਉੱਥੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਮੱਛੀ ਨਾ ਖਾਧੀ ਜਾਵੇ, ਕਿਉਂਕਿ ਜੇ ਮੱਛੀ ਮਰਨ ਲਈ ਆ ਤਾਂ ਇਹਦਾ ਇਹ ਮੇਨ ਕਾਰਨ ਇਹ ਵੀ ਹੋ ਸਕਦਾ ਕਿ ਇਨਸਾਨ ਨੂੰ ਖਤਰਾ ਹੋ ਸਕਦਾ। ਇਹਦੇ ਸੰਬੰਧੀ ਇਹਦਾ ਇੱਕ ਸੈਂਪਲ ਅਸੀਂ ਇੱਥੇ ਲੈ ਕੇ ਆਏ ਹਾਂ, ਦੂਸਰਾ ਸੈਂਪਲ ਜਿਹੜਾ ਆਪਣਾ ਮੇਨ ਪੋਲੀਕਲੈਬ ਹੈਗੀ ਆ ਖਰੜ, ਜਿੱਥੋਂ ਕੈਮੀਕਲ ਦਾ ਪਤਾ ਲੱਗ ਸਕਦਾ, ਉੱਥੇ ਵੀ ਸਾਡੀ ਟੀਮ ਗਈ ਹੋਈ ਹੈ ਡਿਪਾਰਟਮੈਂਟ ਦੀ, ਕੁਆਟਰ ਅਤੇ ਫਿਸ਼ ਦਾ ਸੈਂਪਲ ਲੈ ਕੇ ਉਹਦੀ ਰਿਪੋਰਟ ਦੀ ਦੇਖੋ ਵੇਟ ਹੈ। ਜਾਗਤੀ ਲੈ ਲਈ ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ।